ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਹਾਂ ਚਰਨਜੀਤ ਸਿੰਘ ਚੰਨੀ 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਆ ਹੀ ਜਿੱਥੇ ਸਿਆਸੀ ਪਾਰਟੀਆਂ ਵੱਲੋਂ ਕੰਮਰ ਕਸ ਲਈ ਗਈ ਹੈ ਉੱਥੇ ਹੀ ਹੁਣ ਰੈਲੀਆਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ ਜੇਕਰ ਗੱਲ ਕੀਤੀ ਜਾਵੇ ਅੱਜ ਦੀ ਤਾਂ ਅੱਜ ਫਿਰੋਜ਼ਪੁਰ ਦੇ ਵਿੱਚ ਭਾਜਪਾ ਵੱਲੋਂ ਵੱਡੀ ਰੈਲੀ ਰੱਖੀ ਗਈ ਸੀ ਵੱਡਾ ਸਮਾमेलन ਰੱਖਿਆ ਗਿਆ ਸੀ ਜਿੱਥੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਸਮਾमेलन ਦੇ ਵਿੱਚ ਸੰਬੋਧਨ ਕਰਨਾ ਸੀ ਇਸ ਦੇ ਨਾਲ ਹੀ ਸਵੇਰ ਤੋਂ ਇਹ ਵੀ ਕਿਆਸਰਾਂ ਲਗਾਈਆਂ ਜਾ ਰਹੀਆਂ ਸਨ ਕਿ ਪ੍ਰਧਾਨ ਮੰਤਰੀ ਨਰਿੰਦਰ ਅੱਜ ਸੰਬੋਧਨ ਕਰਨਗੇ ਤਾਂ ਉਹਨਾਂ ਵੱਲੋਂ ਵੱਡੇ ਐਲਾਨ ਵੀ ਕੀਤੇ ਜਾ ਸਕਦੇ ਹਨ ਵੱਡੇ ਪੈਕੇਜ ਵੀ ਪੰਜਾਬ ਦੇ ਨਾਂ ਕੀਤੇ ਜਾ ਸਕਦੇ ਹਨ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਦੀ ਸਿਕਿਉਰਿਟੀ ਨੂੰ ਲੈ ਕੇ ਮੁੱਦਾ ਚੱਕਿਆ ਗਿਆ ਹੈ ਪੰਜਾਬ ਦੀ ਸਿਕਿਉਰਿਟੀ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਭਾਂਡਾ ਭੰਨਿਆ ਗਿਆ ਹੈ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਨਰਿੰਦਰ ਮੋਦੀ ਜਦੋਂ ਸੜਕ ਰਸਤੇ ਰਾਹੀਂ ਫਿਰੋਜ਼ਪੁਰ ਵੱਲ ਰਵਾਨਾ ਹੋ ਰਹੇ ਸਨ ਤਾਂ ਉਹਨਾਂ ਨੂੰ ਰਸਤੇ ਦੇ ਵਿੱਚ ਤਰਨਾ ਪ੍ਰਦਰਸ਼ਨ ਹੋਣ ਕਾਰਨ ਅੱਗੇ ਰੋਕਿਆ ਜਾ ਰਿਹਾ ਸੀ ਪਰੰਤੂ ਰੂਟ ਕਲੀਅਰ ਨਹੀਂ ਸੀ ਸੜਕੀ ਆਵਾਜਾਈ ਕਲੀਅਰ ਨਹੀਂ ਸੀ ਜਿਸ ਦੇ ਤਹਿਤ ਉਹਨਾਂ ਵੱਲੋਂ ਗ੍ਰਹਿ ਮੰਤralੇ ਵੱਲੋਂ ਸਖਤ ਨੋਟਿਸ ਲਿੱਤਾ ਗਿਆ ਹੈ ਤੇ ਪੰਜਾਬ ਸਰਕਾਰ ਦੇ ਸਿਰ ਭਾਂਡਾ ਪੰਨਿਆ ਗਿਆ ਇਸ ਦੇ ਤਹਿਤ ਦਿੱਲੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਸਾ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਸ਼ਬਦ ਬੋਲੇ ਗਏ ਹਨ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਹੈ ਪਹਿਲਾਂ ਤੁਹਾਨੂੰ ਉਹ ਸੁਣਾ ਦਿੰਨੇ ਆ ਅੱਜ ਫਿਰੋਜ਼ਪੁਰ ਅੰਦਰ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਦੀ ਰੈਲੀ ਦੇ ਅੰਦਰ ਬਹੁਤ ਵੱਡੀ ਸਿਕਿਉਰਿਟੀ ਬ੍ਰੀਚ ਹੋਈ ਇਹ ਸਾਡੇ ਸਾਰਿਆਂ ਦੇ ਵਾਸਤੇ ਬਹੁਤ ਸੋਚਣ ਦੀ ਗੱਲ ਹੈ ਕਾਂਗਰਸ ਸਾਨੂੰ ਕਿਸ ਰਸਤੇ ਲੈ ਕੇ ਜਾ ਰਹੀ ਹੈ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਪੰਜਾਬੀਓ ਅੱਜ ਫੇਰ ਤੁਹਾਨੂੰ ਹੱਥ ਬਨ ਕੇ ਇੱਕ ਬੇਨਤੀ ਕਰਨਾ ਚਾਹੁੰਦਾ ਕਾਂਗਰਸ ਸਾਨੂੰ ਲੜਾ ਰਹੀ ਆ ਜੋ ਪਾਕਿਸਤਾਨ ਔਰ ਆਈਐਸਆਈ ਚਾਹੁੰਦਾ ਸੀ ਕਿ ਪੰਜਾਬ ਔਰ ਪੰਜਾਬੀ ਕੌਨਫਲਿਕਟ ਚਾਹਣ ਉਹੀ ਚੀਜ਼ ਅੱਜ ਕਾਂਗਰਸ ਕਰਦੀ ਪਈ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ 1980 ਦੇ ਦਸ਼ਕ ਅੰਦਰ ਵੀ 80 ਤਨੇ ਕਾਂਗਰਸ ਨੇ ਕੀਤਾ ਸੀ ਪਹਿਲਾਂ ਸਾਨੂੰ ਲੜਾਇਆ ਕੇਂਦਰ ਦੇ ਨਾਲ ਲੜਾਇਆ ਸਟੇਟ ਵਰਸ ਸਿੱਖ ਲੜਾਈ ਬਣਾਈ ਔਰ ਉਹਦਾ ਸਾਰਾ ਖਮਿਆਜਾ ਸਾਡੀਆਂ ਆਉਣ ਵਾਲੀਆਂ ਕਈ ਪੁਸ਼ਤਾਂ ਨੂੰ ਪੁੱਲਣਾ ਪਿਆ ਭੁਗਤਣਾ ਪਿਆ ਕਿੰਨੇ ਹਜ਼ਾਰਾਂ ਲੋਕ ਬੇਗੁਨਾ ਲੋਕ ਇਸ ਦੌਰਾਨ ਮਾਰੇ ਗਏ ਕਿਉਂ ਕਿਉਂਕਿ ਕਾਂਗਰਸ ਨੇ ਸੱਤਾ ਹਾਸਲ ਕਰਕੇ ਪਿੱਛੇ ਸਾਨੂੰ ਅੱਗ ਦੇ ਅੰਦਰ ਤਕੇਲ ਕੇ ਰੱਖ ਦਿੱਤਾ ਸੀ ਅੱਜ ਦੀ ਇਸ ਜੋ ਪ੍ਰਧਾਨ ਮੰਤਰੀ ਦੇ ਫੇਰੀ ਦੌਰਾਨ ਬ੍ਰੀਚ ਹੋਈ ਹੈ ਇਸ ਨੂੰ ਤੁਸੀਂ ਸਮਝੋ ਕਿਸ ਪਾਸੇ ਲਜਾਇਆ ਜਾ ਰਿਹਾ ਤੁਹਾਨੂੰ ਪੂਰੀ ਦੁਨੀਆ ਹੀ ਤੁਹਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਾਂਗਰਸ ਔਰ ਕਾਂਗਰਸ ਨੇ ਸਭ ਕੁਝ ਕਿਉਂ ਕੀਤਾ ਤਾਂਕਿ ਸੱਤਾ ਚ ਬਣੀ ਰਵੇ ਕਾਂਗਰਸ ਚਾਹੁੰਦੀ ਨਹੀਂ ਕਿ ਸਿੱਖਾਂ ਦੌਰ ਪੰਜਾਬੀਆਂ ਦਾ ਕਿਸੇ ਤਰੀਕੇ ਕੇ ਅਸੀਂ ਹੋਰ ਪਾਰਟੀ ਦੇ ਵੱਲ ਮੋੜ ਹੋਵੇ ਜਾਂ ਕਿਸੇ ਉਸ ਪਾਰਟੀ ਨਾਲ ਚੱਲਣ ਜੋ ਪੰਜਾਬ ਦਾ ਭਲਾ ਕਰ ਸਕਦੀ ਹੋਵੇ ਜੋ ਪੰਜਾਬ ਦਾ ਫਾਇਦਾ ਕਰ ਸਕਦੀ ਹੋਵੇ ਮੇਰੇ ਵੀਰੋ ਮੈਂ ਤੁਹਾਨੂੰ ਹੱਥ ਬਨ ਕੇ ਕਹਿੰਦਾ ਮੈਂ ਪੰਜਾਬੀਆਂ ਨੂੰ ਹੱਥ ਬਣ ਕੇ ਕਹਿੰਦਾ ਜਰਾ ਵਿਚਾਰ ਕਰੋ ਜੋ ਅੱਜ ਸਭ ਕੁਝ ਕੀਤਾ ਗਿਆ ਇਹਦੇ ਪਿੱਛੇ ਪਰਪਸ ਕੀ ਆ ਕਿਉਂ ਕਾਂਗਰਸ ਸੜਕਾਂ ਤੇ ਲੋਕਾਂ ਨੂੰ ਲੈ ਕੇ ਆਈ ਕਿਉਂ ਕਾਂਗਰਸ ਸਭ ਕੁਝ ਚਾਹੁੰਦੀ ਸੀ ਕਿ ਕੌਨਫਲਿਕਟ ਹੋਵੇ ਔਰ ਇਹਦਾ ਨੁਕਸਾਨ ਕਿੰਨੂੰ ਹੋਊਗਾ ਸਾਡੀਆਂ ਕਈ ਜਨਰੇਸ਼ਨਾਂ ਦਾ ਨੁਕਸਾਨ ਕਰਨਾ ਚਾਹੁੰਦੀ ਕਾਂਗਰਸ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਜਰਾ ਵਿਚਾਰੋ ਇੱਕ ਉਹ ਪ੍ਰਧਾਨ ਮੰਤਰੀ ਹੈ ਜਿਸਨੇ ਹਰ ਜਗ੍ਹਾ ਸਿੱਖਾਂ ਦੇ ਹਰ ਉਸ ਥਾਨ ਤੇ ਜਾ ਕੇ ਸਜਦਾ ਕੀਤਾ ਜੇ ਕਦੀ ਗੁਰੂ ਦੇ ਸਾਹਮਣੇ ਸੀਸ ਝੁਕਾਉਣ ਦੀ ਗੱਲ ਆਈ ਹੈ ਤੇ ਦੇਸ਼ ਦੇਸ਼ ਪ੍ਰਧਾਨ ਮੰਤਰੀ ਝੁਕਾ ਕੇ ਇਹ ਸਾਬਤ ਕੀਤਾ ਹੈ ਕਿ ਮੇਰੇ ਸਿੱਖਾਂ ਦੇ ਪ੍ਰਤੀ ਔਰ ਪੰਜਾਬ ਦੇ ਪ੍ਰਤੀ ਕਿ ਸ਼ਰਧਾ ਤੇ ਪਿਆਰ ਆ ਪਰ ਦੂਜੇ ਪਾਸੇ ਜਿਹਨਾਂ ਲੋਕਾਂ ਨੇ ਸਾਨੂੰ ਮਰਵਾਉਣ ਦਾ ਕੰਮ ਕੀਤਾ ਸ੍ਰੀ ਕਾਲ ਤਖਤ ਸਾਹਿਬ ਤੋਂ ਹੋਂ ਦਾ ਕੰਮ ਕੀਤਾ ਸ੍ਰੀ ਦਰਬਾਰ ਸਾਹਿਬ ਚ ਗੋਲੀਆਂ ਚਲਾਉਣ ਦਾ ਕੰਮ ਕੀਤਾ ਆ ਜੋ ਲੋਕ ਫੇਰ ਸੜਕਾਂ ਤੇ ਸਾਨੂੰ ਮਰਵਾਉਣ ਵਾਸਤੇ ਨਿਕਲ ਆਏ ਨੇ ਸੁਚੇਤ ਹੋ ਜੋ ਮੈਂ ਫੇਰ ਕਹਿੰਦਾ ਮੇਰੀ ਇੱਕ ਇੱਕ ਗੱਲ ਨੂੰ ਧਿਆਨ ਨਾਲ ਸੁਣ ਕੇ ਸੁਚੇਤ ਹੋ ਜੋ ਮਰਵਾਉਣਗੇ ਸਾਡੇ ਪਰਿਵਾਰਾਂ ਦਾ ਨੁਕਸਾਨ ਕਰਾਉਣਗੇ ਔਰ ਇਹਨਾਂ ਨੁਕਸਾਨ ਕਰਾਉਣਗੇ ਫਿਰ ਕਈ ਸਾਲਾਂ ਤੱਕ ਸਾਡੀ ਪਰਪਾਈ ਨਹੀਂ ਹੋ ਜੋ ਕਾਂਗਰਸ ਸੋਚਾ ਬਚ ਜਾਓ ਬਚ ਜਾਓ ਕਾਂਗਰਸ ਦੀ ਸਾਜ਼ਿਸ਼ ਤੋਂ ਸੋ ਤੁਸੀਂ ਸੁਣਿਆ ਮਨਜਿੰਦਰ ਸਿੰਘ ਸਰਸਾ ਵੱਲੋਂ ਤਾਂ ਸਿੱਧੇ ਨਿਸ਼ਾਨੇ ਕਾਂਗਰਸ ਦੇ ਦਾਗ ਦਿੱਤੇ ਗਏ ਹਨ ਮਨਜਿੰਦਰ ਸਿੰਘ ਸਰਸਾ ਕਹਿੰਦੇ ਨੇ ਕਿ ਇਹ ਉਹੀ ਕਾਂਗਰਸ ਹੈ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਤੇ ਅਟੈਕ ਰਾਇਆ ਸੀ ਇਹ ਉਹੀ ਕਾਂਗਰਸ ਹੈ ਜੋ ਪੰਜਾਬ ਦਾ ਪਹਿਲਾਂ ਵੀ ਨਾਸ਼ ਕਰਦੀ ਰਹੀ ਹੈ ਤੇ ਹੁਣ ਵੀ ਇਹਨਾਂ ਦੀਆਂ ਤਿਆਰੀਆਂ ਨੇ ਉੱਥੇ ਹੀ ਜੇਕਰ ਭਾਜਪਾ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਪੰਜਾਬ ਸਰਕਾਰ ਦੀ ਤਾਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵੀ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਉਹਨਾਂ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜੋ ਸੁਰੱਖਿਆ ਪੰਜਾਬ ਸਰਕਾਰ ਮੁਹੱਈਆ ਕਰਵਾ ਸਕਦੀ ਸੀ ਉਹ ਕਰਵਾਈ ਹੋਈ ਹੈ ਕੋਈ ਇਦਾਂ ਦੇ ਖਤਰੇ ਨਹੀਂ ਸਨ ਕਿ ਪੰਜਾਬ ਸਰਕਾਰ ਵੱਲੋਂ ਸੋ ਸੁਰੱਖਿਆ ਮੁਹੱਈਆ ਨਹੀਂ ਕਰਾਈ ਗਈ ਹੋਵੇ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ कैबिनेट मंत्री राज कुमार वेरका दी उन्होंने साफ शब्दों में किया गया है कि पंजाब सरकार पाब जो सुरक्षा मुहैया है कुरानी दिया, वो करवाई गई राजकुमार वेरका की ने कर राज कुमार वो भी सुन लेने मैं समझता हूँ का इल्जाम बेबुनियाद है और प्राइम मिनिस्टर साहब हमारे पूरे देश के प्राइम मिनिस्टर हैं उनकी सुरक्षा को लेकर के मुख्यमंत्री जी पूरी रात भर जो है रिव्यू कर, करते रहे हैं अचानक मौसम खराब हुआ और उन्हें बाई रोड जाना पड़ा रास्ते में प्रदर्शनकारियों ने धरना दिया हुआ था जिस वजह से उन्हें प्रॉब्लम आई है और यहां तक रैली का रद्द होने का सवाल है क्योंकि बीजेपी से लोग इकट्ठे ही नहीं हुए और रैली फ्लॉप हो चुकी थी फ्लॉप शो पे प्रधानमंत्री जाना नहीं चाह रहे थे और हमारे सर पे ठीकरा फोड़ रहे हैं कि हमने को रास्ते रुकवा दिए हमने सुरक्षा में लैप्स किया भैया हमने कोई सुरक्षा में लैप्स पंजाब सरकार का नहीं है हम बिल्कुल सुरक्षा व्यवस्था कहम की हुई थी अचानक प्रदर्शनकारी रास्ते में आए हैं वो प्रॉब्लम जरूर हुई है क्योंकि बीजेपी के खिलाफ लोगों को भारी गुस्सा है सो एक सुन सर सिंह सिरसा वालों ਬਿਆਨ ਦਾਗੇ ਜਾ ਰਹੇ ਹਨ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਦੀ ਗਲਤੀ ਕਾਰਨ ਪ੍ਰਧਾਨ ਮੰਤਰੀ ਮੋਦੀ ਦਾ ਅੱਜ ਦਾ ਜੋ ਦੌਰਾ ਹੈ ਉਹ ਰੱਦ ਕੀਤਾ ਗਿਆ ਉਸ ਤੋਂ ਬਾਅਦ ਕਾਂਗਰਸ ਦੇ ਵੱਲੋਂ ਵੀ ਸਪਸ਼ਟੀਕਰਨ ਦਿੱਤਾ ਗਿਆ ਹੈ ਕਾਂਗਰਸ ਦੇ ਮંત્રી ਰਾਜਕੁਮਾਰ ਵੇਰਕਾ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ 1929 ਨਹੀਂ ਕੀਤੀ ਗਈ ਸਾਰੀ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ ਇਸ ਦੇ ਨਾਲ ਹੀ ਇੱਕ ਸਵਾਲ ਅਸੀਂ ਤੁਹਾਨੂੰ ਵੀ ਪੁੱਛ ਲੈਣਾ ਚਾਹੁੰਦੇ ਹਾਂ ਕਿ ਜੋ ਮਲਜਿੰਦਰ ਸਿੰਘ ਸਰਸਾ ਵੱਲੋਂ ਪੰਜਾਬ ਸਰਕਾਰ ਦੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਤੁਸੀਂ ਉਹਨਾਂ ਦੇ ਨਾਲ ਸਹਿਮਤ ਹੋ ਜਾਂ ਇੱਕ ਸਿਰਫ ਸਿਆਸੀ ਡਰਾਮਾ ਹੈ ਇਸ ਦੇ ਨਾਲ ਹੀ ਤੁਸੀਂ ਆਪਣੀ ਰਾਏ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਤੇ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ